देखो जी, एक तो दिल्ली असी संघर्ष लड़ रहे हैं किसान, एक परमात्मा ने बहुत करोपी दिखाती भी कणक डिग के जी बे बर्बाद हो गई, हुण इहदो घट्टो घट जी 50% नुकसान हो गया जिमीदार का। कहिंदा परमात्मा की कृपा है, हुण देखो परमात्मा भी उपर तंग करता है तो सरकार तंग करी जाती, उतो जट संघर्ष से बैठे ने, इधरों परमात्मा ने सारी कणक बछाती, कोई जट का हल नहीं जी। ਕਿੰਨਾ ਕੁ ਟਾਈਮ ਹੋ ਗਿਆ ਬਾਰਿਸ਼ ਪੈਂਦੀ? ਬਾਰਿਸ਼ ਜੀ ਰਾਤ ਸ਼ੁਰੂ ਹੋਈ ਤੇ 10-11 ਵਜੇ ਬਾਰਿਸ਼ ਪੈ ਗਈ ਜੀ, ਹਜੇ ਫਿਰ ਉੱਪਰ ਜਾ ਖੜਾ ਹੈ, ਫਿਰ ਪੈ ਰਿਹਾ ਜੀ, ਕੋਈ ਪਤਾ ਨਹੀਂ ਇਹਦੋਂ ਵੱਧ ਵੀ ਨੁਕਸਾਨ ਹੋ ਜੇ, ਗੜੇਮਾਰੀ ਹੋ ਜੇ, ਕੋਈ ਹੋਰ ਹੋ ਜੇ। ਜਿਹੜੀ ਬਿਲਕੁਲ ਧਰਤੀ ਦੇ ਨਾਲੇ ਵਿਛ ਗਈ, ਇਹਦਾ ਕੀ ਨੁਕਸਾਨ ਆ? ਇਹਦਾ 50% ਨੁਕਸਾਨ ਹੋ ਗਿਆ ਜੀ। ਕਾਲਾ ਹੋ ਜੂ ਦਾਣਾ? ਕਾਲਾ ਹੋ ਜੂ ਜੀ ਦਾਣਾ, ਇਹ ਬਾਕੀ ਹੋ ਜੂ, ਇਹਦੇ ਮਿਹਨਤ ਮਜ਼ਦੂਰੀ ਵੱਧ ਜਾਣੀ ਜੀ ਬਹੁਤ, ਜੇ ਲੇਬਰ ਤੋਂ ਵਧਾਵਾਂਗੇ ਤਾਂ ਵੀ ਮਜ਼ਦੂਰੀ ਵੱਧਦਾ, ਜੇ ਕੰਬਾਈਨ ਕੱਟੂ ਤਾਂ ਵੀ ਮਜ਼ਦੂਰੀ ਵੱਧਦਾ ਜੀ, ਬਾਕੀ ਸਾਰਾ ਤੂੜੀ ਤੱਲਾ ਹੋਰ, ਇਹਦਾ ਸਾਰਾ ਨੁਕਸਾਨ ਹੀ ਨੁਕਸਾਨ ਆ ਜੀ ਇਹਦਾ, ਸਾਨੂੰ ਕੋਈ ਇਹ 'ਚੋਂ ਕੋਈ ਉਹ ਨਹੀਂ ਹੈਗਾ। ਜਿਵੇਂ ਮੌਸਮ ਕਾਫੀ ਖਰਾਬ ਆ ਗਿਆ, ਜੇ ਦੁਬਾਰੇ ਪੈਣ ਲੱਗ ਗਿਆ ਫਿਰ ਹੋਰ ਜ਼ਿਆਦਾ ਇਹ ਹੋਰ, ਹਾਂਜੀ 20-25% ਫਿਰ ਜਮ੍ਹਾਂ ਹੋ ਜੂ ਨੁਕਸਾਨ ਜੀ, ਫਿਰ ਤਾਂ 25% ਬਚੂ ਇਹ 'ਚੋਂ, ਜਿਹੜੀ ਉੱਪਰ ਬੱਲੀ ਮਾੜੀ ਮੋਟੀ ਮੁੜ ਕੇ ਖੜੀ ਹੈ ਉਹੀ ਬਚੂ, ਬਾਕੀ ਇਹ ਸਾਰਾ ਖਰਾਬ ਹੋ ਜਾਣਾ ਜੀ ਨਾਜ। ਇਹ ਮੌਸਮੀ ਬਰਸਾਤ ਨੇ ਨੁਕਸਾਨ ਤਾਂ ਬਹੁਤ ਕਰਿਆ ਜੀ, ਜਿਹੜੀਆਂ ਫਸਲਾਂ ਅੱਜ ਤੋਂ 10 ਦਿਨ ਪਹਿਲਾਂ ਬਹੁਤ ਵਧੀਆ ਲੱਗ ਰਹੀਆਂ ਤੇ ਵੀ ਚਲੋ ਪਰਮਾਤਮਾ ਇਸ ਵਾਰ ਮਿਹਰ ਕਰੂਗਾ, ਜਿਸ ਹਿਸਾਬ ਨਾਲ ਕਿਸਾਨ ਇਸ ਅੰਦੋਲਨ ਕਰਕੇ ਸੰਘਰਸ਼ 'ਚ ਸੀਗਾ ਵੀ ਇਹ ਪਰਮਾਤਮਾ ਬਾਹ ਫੜੂਗਾ, ਪਰ ਰਾਤ ਪਰਮਾਤਮਾ ਨੇ ਸਾਡੀਆਂ ਇਹ ਆਸਾਂ 'ਤੇ ਪਾਣੀ ਫੇਰਦਾ। ਉੱਧਰੋਂ ਤਾਂ ਸੰਘਰਸ਼ ਲੜ ਰਹੇ ਹਾਂ ਕਿਸਾਨੀ ਦਾ, ਇੱਧਰੋਂ ਤੁਸੀਂ ਦੇਖ ਸਕਦੇ ਹੋ ਪਿੱਛੇ ਫਸਲ ਹੈ, ਕਿਉਂਕਿ ਇਹ 'ਚ ਹੁਣ ਦਾਣਾ ਬਣ ਚੁੱਕਿਆ, ਜਿਹੜੀ ਫਸਲ ਹੁਣੇ ਲੰਬੀ ਪੈ ਗਈ ਇਹ ਦੁਬਾਰੇ ਨਹੀਂ ਖੜੀ ਹੋਣੀ, ਜਿਹੜਾ ਇਹਦਾ ਦਾਣੇ ਦਾ ਪੂਰਾ ਇਹਨੇ ਖੜ ਕੇ ਅਸਰ ਲੈਣਾ ਸੀਗਾ ਉਹ ਇਹਨੂੰ ਪੂਰਾ ਨਹੀਂ ਮਿਲਣਾ, ਇਹਦੇ ਨਾਲ ਦਾਣਾ ਮਾਜੂ ਵੀ ਪਊਗਾ ਜੀ, ਹਲਕਾ ਪਊਗਾ, ਤੋ ਔਸਤਨ ਝਾੜ ਘਟੂਗਾ ਇਸ ਹਿਸਾਬ ਨਾਲ ਜਿਹੜਾ ਰਾਤ ਇਹ ਬਰਸਾਤ ਹੋਈ ਹੈ, ਕਿਉਂਕਿ ਸਭ ਨੇ ਪਾਣੀ ਦੇ ਚੁੱਕੇ ਤੇ ਅਤੇ ਆਪਦਾ ਬਸ ਕਣਕ ਪੱਕਣਾ ਸੀ ਆਪਦੇ ਸਮਾਂ ਲੈ ਕੇ, ਅਤੇ ਉਹ ਇਹ ਬੇਮੌਸਮੀ ਬਰਸਾਤ ਜਿਹੜੀ ਹੋਈ ਹੈ ਲੇਟ ਆਈ ਹੈ, ਪਰ ਇਹ ਨੁਕਸਾਨ ਕਰਕੇ ਗਈ ਹੈ, ਇਹਦਾ ਤੁਹਾਨੂੰ ਕੋਈ ਲਾਹਾ ਨਹੀਂ ਹੋਣਾ। ਮੌਸਮ ਤਾਂ ਜੇ ਫਿਰ ਖਰਾਬ ਆ ਦੁਬਾਰੇ, ਫਿਰ ਤੁਹਾਨੂੰ ਲੱਗਦਾ ਵੀ ਜੇ ਦੁਬਾਰਾ ਫਿਰ ਪੈ ਗਿਆ ਫਿਰ ਹੋਰ ਨੁਕਸਾਨ ਹੋ? ਹੁਣ ਇਹ ਦੇਖੋ ਜੀ, ਇਹ ਤਾਂ ਪਰਮਾਤਮਾ ਦੇ ਵੱਸ ਹੈ, ਕੁਦਰਤੀ ਕਰੋਪੀ ਕਹਿ ਸਕਦੇ ਆਪਾਂ, ਬਰਸਾਤ ਦਾ ਤਾਂ ਊਂ ਨੁਕਸਾਨ ਨਹੀਂ ਹੈਗਾ, ਜੇ ਫਸਲ ਨੂੰ ਹਵਾ ਹਨੇਰੀ ਨਾਲ ਚੱਲੂ, ਗੜੇਮਾਰੀ ਹੋ ਗਈ, ਜਿਵੇਂ ਤੁਸੀਂ ਦੇਖ ਸਕਦੇ ਹੋ ਇੱਥੇ ਆਹ ਬੱਲੀਆਂ ਟੁੱਟ ਗਈਆਂ ਨੇ, ਝਾੜਤੀਆਂ ਨੇ, ਅੱਧ ਪੱਕੀ ਜਿਹੜੀ ਫਸਲ ਆ ਉਹਨੂੰ ਬੜਾ ਨੁਕਸਾਨ, ਜਿਹੜੀ ਪੱਕਣ ਦੇ ਆਪਾਂ ਕਹਿ ਸਕਦੇ 15-20 ਦਿਨਾਂ ਨੂੰ ਤਿਆਰੀ ਸੀਗਾ, ਉਹਨੂੰ ਬੜਾ ਨੁਕਸਾਨ ਹੀ ਗਈ ਹੈ ਇਹ। ਅਸ ਤਾਂ ਹੁਣ ਪਰਮਾਤਮਾ ਅੱਗੇ ਇਹੀ ਕਹਿਣਾ ਵੀ ਚਲੋ ਜੋ ਨੁਕਸਾਨ ਹੋ ਗਿਆ ਹੁਣ ਪਰਮਾਤਮਾ ਸਾਨੂੰ ਸਮਾਂ ਦੇਵੇ ਅਤੇ ਅਸੀਂ ਫਸਲਾਂ ਵੱਢ ਸਕੀਏ।